ਹੋ ਤਾਂ ਮਾੜੀ ਖਬਰ ਆਈ ਆ ਯਾਰ ਸਿੱਧੂ ਮੂਸੇ ਵਾਲੇ ਦੇ 200 ਦੇ ਕਰੀਬ ਗੋਲੀਆਂ ਮਾਰਤੀਆਂ ਥਾਰ ਗੱਡੀ ਦੇ ਵਿੱਚ ਸੀਗਾ ਉਹ ਤੇ ਉਹ ਨਹੀਂ ਰਿਹਾ ਹੁਣ ਆਪਣੇ ਵਿੱਚ ਕਹ ਲਓ ਵੀ ਜਿੱਥੇ ਵੀ ਕਿਤੇ ਜੇ ਪੰਜਾਬੀ ਮਿਊਜ਼ਿਕ ਦਾ ਨਾਮ ਪਿਛਲੇ 5-6 ਸਾਲਾਂ ਚ ਕਿਤੇ ਆਉਂਦਾ ਸੀਗਾ ਤਾਂ ਸਿੱਧੂ ਮੂਸੇ ਵਾਲੇ ਦੀ ਫੋਟੋ ਮੂਰੇ ਆਉਂਦੀ ਸੀ ਬੰਦੇ ਦੇ ਦਿਮਾਗ 'ਚ ਜਿਹੜਾ ਆਮ ਆਦਮੀ ਫਾਟੀ ਸਰਕਾਰ ਵੱਲੋਂ ਇਹ ਫੈਸਲਾ ਦਿੱਤਾ ਗਿਆ ਸੀਗਾ ਵੀ ਸਿਕਿਉਰਿਟੀ ਵਾਪਸ ਲੈਣੀ ਆ ਜਥੇਦਾਰ ਸਾਭ ਜੀ ਦੀ ਸਿਕਿਉਰਿਟੀ ਵਾਪਸ ਤੇ ਸਿੱਧੂ ਮੂਸੇ ਵਾਲੇ ਦੀ ਤੇ ਹੋਰ 400 ਪਤਾ ਨਹੀਂ ਕਿੰਨੇ ਬੰਦਿਆਂ ਦੀ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਸੀਗੀ ਬਹੁ ਅਸੀਂ ਪਹਿਲਾਂ ਇਹ ਜੀ ਆ ਇਹ ਬੈਕਗ੍ਰਾਉਂਡ ਤੇ ਚਲਦੀਆਂ ਸੀ ਆ ਅਨਾਉਂਸ ਨਹੀਂ ਕੀਤੀਆਂ ਜਾਂਦੀਆਂ ਸੀ ਅੱਜ ਕੱਲ ਆਪਣੇ ਐਪ ਨੂੰ ਦਿਖਾਉਣ ਨੂੰ ਉੱਚਾ ਦਿਖਾਉਣ ਨੂੰ ਇਹ ਚੀਜ਼ਾਂ ਅਨਾਉਂਸ ਕਰਨ ਲੱਗੀ ਸਰਕਾਰਾਂ ਵੀ ਅਸੀਂ ਐ ਕਰਤਾ ਜੀ ਅਸੀਂ ਐ ਕਰਤਾ ਆਪਣੇ ਆਪ ਨੂੰ ਥੋੜੀ ਜਿਹੀ ਬਣੀ ਚੜਾਈ ਜੀ ਕਰਾਉਣ ਦੀ ਉਹ ਚੜਾਈ ਕਿਤੇ ਨਾ ਕਿਤੇ ਦਿਖਾਉਣ ਦੇ ਚੱਕਰ 'ਚ ਕਿਸੇ ਦੀ ਜਾਨ ਚਲੇਗੀ ਅੱਜ ਉਹ ਵੀ ਕਿਸੇ ਦੀ ਨਹੀਂ ਜਿਹੜਾ ਬੰਦਾ ਪੰਜਾਬੀ 뮤직 ਨੂੰ ਗਲੋਬਲ ਸੀਨ ਤੇ ਕਹਿ ਲੋ ਐਡਾ ਵੱਡਾ ਲੈ ਗਿਆ ਸੀਗਾ ਪਤਾ ਨਹੀਂ ਅਜੇ ਉਹਨੂੰ ਕੀ ਕੀ ਕਰਨਾ ਸੀਗਾ ਕਿੱਡੇ ਵੱਡੇ ਵੱਡੇ ਆਰਟਿਸਟਾਂ ਨਾਲ ਕੋਲਾਬ ਹੋਣੀ ਸੀ ਕਿੱਥੇ ਤੱਕ ਪੰਜਾਬੀ ਲੈਂਗੁਏਜ ਨੂੰ ਹੋਰ ਲੈ ਕੇ ਜਾਣਾ ਸੀ ਅੱਗੇ ਰਿਕਗਨਾਈਜੇਸ਼ਨ ਹੋਰ ਜੀ ਇੱਕ ਆਡੀਓ ਤੇ ਵੀਡੀਓ ਵਾਇਰਲ ਹੋ ਰਹੀ ਆ ਜੀ ਦੇ ਵਿੱਚ ਆਖਰੀ ਟਾਈਮ ਸਿੱਧੂ ਮੂਸੇਵਾਲੇ ਨੇ ਵੀ ਕਿਹਾ ਸੀਗਾ ਮਾਨ ਸਾਹਿਬ ਨੂੰ ਫੋਨ ਤੇ ਗੱਲ ਕੀਤੀ ਸੀਗੀ ਵੀ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਸੰਗਰੂਰ ਚ ਕਿਉਂਕਿ ਜਿਹੜੀਆਂ ਵੋਟਾਂ ਹੋਣੀਆਂ ਨੇ ਦੁਬਾਰਾ ਉਹਦੇ ਕਰਕੇ ਕੋਈ ਸੇਫਟੀ ਨਹੀਂ ਯਾਰ ਅੱਜ ਦੇ ਟਾਈਮ ਚ ਜਿਹੜਾ ਵੀ ਕੋਈ ਚਾਵੇ ਜੇ ਕੋਈ بڑے ਬੰਦੇ ਨੂੰ ਧਮਕਾਵੇ ਮਿੰਟੇ ਚ ਗੋਲੀਆਂ ਮਾਰ ਸਕਦਾ ਜਿਹੜੇ ਹਿਸਾਬ ਨਾਲ ਅੱਜ ਹਾਲਾਤ ਬਣੇ ਹੋਏ ਨੇ ਪਹਿਲਾਂ ਸੰਦੀਪ ਨੰਗਲ ਮੀਆਂ ਕਬੱਡੀ ਦਾ ਐਡਾ بڑا ਸਟਾਰ ਉਹਤੇ ਹਮਲਾ ਹੋਇਆ ਐਂ ਮੱਲੂ ਮੱਲੀ ਦਿਨੋਂ ਦੀ ਕਿਸੇ ਨੂੰ ਕੋਈ ਡਰੇ ਨਹੀਂ ਹੈਗਾ ਐਂ ਵਾਰਦਾਤਾਂ ਹੀ ਹੁੰਦੀਆਂ ਰਹਿੰਦੀਆਂ ਨੇ ਯ ਕਣਗੀਆਂ ਹੁਣ ਤਾਂ ਬਹੁਤ ਵੱਡੇ ਸਟੈਪ ਲੈਣੇ ਰਹਿਣਗੇ ਨਹੀਂ ਤਾਂ ਲੋਕਾਂ ਨੂੰ ਵੀ ਸਰਕਾਰ ਤੇ ਬਹੁਤ ਵੱਡਾ ਦਬਾਅ ਬਣਾਉਣਾ ਪਊ ਵੀ ਇਹ ਜੀਆਂ ਚੀਜ਼ਾਂ ਰੁਕਣੀਆਂ ਚਾਹੀਦੀਆਂ ਯਾਰ ਪਤਾ ਨਹੀਂ ਕਿੰਨੇ ਆਪਣੇ ਪੰਜਾਬ ਦੇ ਪੁੱਤ ਹੋਰ ਮਰਨੇ ਆ ਇਹ ਆਪਸੀ ਥੋੜੀਆਂ ਜੀਆਂ ਚੌੜਾਂ ਕਰਕੇ ਜਾਂ ਫਿਰ ਇੱਕ ਆਪਣੇ ਆਪ ਨੂੰ ਆਪਣੇ ਗੈਂਗ ਨੂੰ ਜਾਂ ਆਪਣੇ ਆਪ ਨੂੰ ਦਿਖਾਉਣ ਲਈ ਵੀ ਮੈਂ ਬਦਮਾਸ਼ ਆ ਮੈਂ ਇਹ ਆ ਗਾਣਾ ਕੱਢਿਆ ਸੀ ਇੱਕ ਲਾਸਟ ਰਾਈਡ ਉਹ ਚ ਵੀ ਉਹ ਇੱਕ ਤਰ੍ਹਾਂ ਦਾ ਆਪਣੀ ਪ੍ਰੈਡਿਕਸ਼ਨ ਹੀ ਕਰ ਗਿਆ ਵੀ ਗਾਣੇ 'ਚ ਜੋ ਨੇ ਕਿਹਾ ਸੀਗਾ ਵੀ ਚੋਬਰ ਦੇ ਚਿਹਰੇ ਤੇ ਨੂਰ ਦੱਸਦਾ ਉਹ ਗੱਲ ਜੀ ਹੈ ਜਿਹੜੀ ਚਲੋ ਵੀ ਆਪਣੇ ਆਪ ਲਈ ਉਹਦੇ ਲਈ ਲੱਗੀ ਕੀ ਪਤਾ ਸੀਗਾ ਵੀ ਇਹ ਤਾਂ ਵੀ ਆਉਣਾ ਜਿਹੜੇ ਹਿਸਾਬ ਨਾਲ ਉਹਨੂੰ ਪਹਿਲਾਂ ਵੀ ਬਹੁਤ ਥ੍ਰੈਟ ਮਿਲਦੇ ਰਹਿੰਦੇ ਸੀਗੇ ਉਹਨੇ ਆਪਣਾ ਇੰਟਰਵਿਊ ਵਿੱਚ ਵੀ ਮੈਂਸ਼ਨ ਕੀਤਾ ਪਰ ਉਹ ਆਪਣੇ ਪਿੰਡਾਂ ਵੱਲ ਖੁੱਲਾ ਹੀ ਘੁੰਮਦਾ ਸੀਗਾ ਕੋਈ ਟੈਨਸ਼ਨ ਨਹੀਂ ਹੁੰਦੀ ਸੀਗੀ ਉਹਨੂੰ ਪਤਾ ਵੀ ਲੋਕ ਮੈਨੂੰ ਇੱਥੇ ਤੇ ਪਿਆਰੇ ਕਰਦੇ ਆ ਪਰ ਉਹਦਾ ਖੁੱਲਾ ਘੁੰਮਣਾ ਕਹਿ ਲਓ ਵੀ ਐਵੇਂ ਜਾਂ ਫਿਰ ਸਿਕਿਉਰਟੀ ਦਾ ਨਾਮ ਹੋਣਾ ਬਹੁਤ ਭਾਰੀ ਪੈ ਗਿਆ ਪੰਜਾਬੀਆਂ ਲਈ ਬਹੁਤ ਵੱਡਾ ਘਾਟਾ ਯਾਰ ਕਦੇ ਨਹੀਂ ਪੂਰਾ ਹੋ ਸਕਦਾ ਇਹ ਵੀ ਜਿਨੇ ਅੱਗੇ ਵਾਲੇ ਟਾਈਮ 'ਚ ਪਤਾ ਨਹੀਂ ਕਿੱਥੇ ਕਿੱਥੇ ਤੱਕ ਰਿਕੋਗਨਾਈਜੇਸ਼ਨ ਕਰਾਉਣੀ ਸੀਗੀ ਪੰਜਾਬੀ ਲੈਂਗੁਏਜ ਦੀ ਪੰਜਾਬ ਦੀ ਬਹੁਤ ਮੜਾ ਹੋਇਆ ਯਾਰ ਬਾਕੀ ਜਦੋਂ ਨਹੀਂ ਵਿਜੇ ਸਿੰਘ ਵਾਲੀਆਂ ਜਦੋਂ ਚੱਕਰ ਟ੍ਰਿਬਿਊਨ ਦੱਸੀਆਂ ਸੀਗੀਆਂ ਉਹ ਚ ਐਂ ਵੀ ਬਹੁਤ ਕਿਹਾ ਸੀਗਾ ਵੀ ਸਾਰਾ ਕੰਮ ਪੰਜਾਬ ਦਾ ਜੇ ਵੀ ਓਮੀ ਚੱਲ ਰਿਹਾ ਵੀ ਕਿਵੇਂ ਲੋਕੋਂ ਮੇ ਹਫ਼ਤੇ ਵਸੂਲ ਰਹੇ ਨੇ ਕਿਵੇਂ ਮਾਇਨਾ ਚੱਲ ਰਹੀਆਂ ਨੇ ਕਹਿੰਦਾ ਉਹ ਬੰਦੇ ਗੁੰਡਾਗਰਦੀ ਓਮੀ ਕਰ ਰਹੇ ਨੇ ਇਹ ਵੀ ਹੋ ਸਕਦਾ ਵੀ ਉਹ ਬੰਦਿਆਂ ਨੇ ਇਹ ਕੰਮ ਕੀਤਾ ਹੋਵੇ ਕੀ ਬਤਾਉਣ ਵਾਲੇ ਟਾਈਮ ਤੇ ਸਿੱਧੂ ਮੂਸੇ ਵਾਲੇ ਨੇ ਉਹਨਾਂ ਦੇ ਭੇਦ ਖੋਲ ਲੈਣੇ ਹੋਣ ਉਹਨਾਂ ਖਿਲਾਫ ਕਾਰਵਾਈ ਕਰਾਉਣੀ ਹੋਵੇ ਇਹ ਵੀ ਹੋ ਸਕਦਾ ਵੀ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਪਰਿਵਾਰ ਤੇ ਦੋਸਤ ਮਿੱਤਰਾਂ ਨੂੰ ਯਾਰ ਥੋੜੀ ਜਿਹੀ ਬਲ ਬਖਸ਼ੇ ਵੈਗਰੂ ਵੀ ਪਾਣਾ ਮੰਨਣ ਦੀ